ਪਹਿਲ ਬਲ ਮਾਨਾ ਬਹੁਤ ਔਖਾ ਰੱਬ ਦੀ ਮਿਹਰ ਨਾਲ ਜਿੱਤਾ ਬਣ ਗਿਆ ਪਹਿਲਵਾਨ ਯਾਰੋ। ਆਓ ਜੀ ਸਭ ਜਿੰਨੇ ਵੀ ਦਰਸ਼ਕ ਆਏ ਇੱਕ ਜ਼ੋਰਦਾਰ ਤਾੜੀ ਲਾਓ ਜੀ ਦੋਵਾਂ ਪਹਿਲਵਾਨਾਂ ਵਾਸਤੇ। ਕੁਸ਼ਤੀ ਸ਼ੁਰੂ ਹੋ ਚੁੱਕੀ ਹੈ ਜੀ, ਅੱਜ ਦੀ ਪਟਕੇ ਦੀ ਕੁਸ਼ਤੀ 61,000 ਰੁਪਏ ਦਾ ਇਨਾਮ। ਦੋਵੇਂ ਮੱਲ ਇੱਕ ਪਾਸੇ ਜੱਸਾ ਪੱਟੀ ਵਾਲਾ ਇੰਟਰਵਰਸਿਟੀ ਗੋਲਡ ਮੈਡਲਿਸਟ, ਆਉਣ ਵਾਲੇ ਸਮੇਂ ਦੇ ਵਿੱਚ ਬਣੀਆਂ ਉਮੀਦਾਂ ਭਾਰਤ ਨੂੰ ਇਹਨਾਂ ਤੋਂ, ਔਰ ਦੂਸਰੇ ਪਾਸੇ ਪ੍ਰਦੀਪ ਠੀਕਾ ਬੜੇ ਚੋਟੀ ਦੇ ਮੱਲ ਨੇ ਦੋਵੇਂ। ਇੱਕ ਪਾਸੇ ਹਰਿਆਣਾ ਜਿਹੜਾ ਕਦੇ ਪੰਜਾਬ ਦਾ ਹੀ ਪਹਿਲਾ ਹਿੱਸਾ ਸੀ, ਔਰ ਅੱਜ ਵੀ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ 66 ਤੋਂ ਪਹਿਲਾਂ ਹਰਿਆਣਾ ਪੰਜਾਬ ਦਾ ਹੀ ਹਿੱਸਾ ਸੀ, ਇਸੇ ਕਰਕੇ ਕੁਸ਼ਤੀ ਉੱਥੇ ਵੀ ਇਸੇ ਤਰ੍ਹਾਂ ਅਪਣਾਈ ਗਈ। ਦੋਵੇਂ ਮੱਲ ਆਹਮੋ ਸਾਹਮਣੇ ਹੋ ਚੁੱਕੇ ਨੇ, ਦੋਵਾਂ ਨੇ 10 ਪੰਜਾ ਲੜਾਇਆ, ਇੱਕ ਦੂਸਰੇ ਦੀ ਤਾਕਤ ਨੂੰ ਪਰਖਣਾ ਸ਼ੁਰੂ ਕੀਤਾ। ਇਹ ਕੁਸ਼ਤੀ ਦੇ ਵਿੱਚ ਪਹਿਲਾਂ ਦੂਸਰੇ ਦੀ ਤਾਕਤ ਦੇਖੀ ਜਾਂਦੀ ਹੈ, ਉਸ ਤੋਂ ਬਾਅਦ ਫਿਰ ਉਹਦੇ ਨਾਲ ਜਿਹੜੀ ਕੁਸ਼ਤੀ ਲੜਨ ਦਾ ਮਨ ਬਣਿਆ। ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਛ ਮਰਤਬਾ ਚਾਹੇ, ਕਿ ਦਾਨਾ ਖਾਸ ਮੇ ਮਿਲਕਰ ਗੁਲੇ ਗੁਲਜ਼ਾਰ ਹੋਤਾ ਹੈ, ਦਾਨਾ ਖਾਸ ਮੇ ਮਿਲਕਰ ਗੁਲੇ ਗੁਲਜ਼ਾਰ ਹੋਤਾ ਹੈ। ਹਸਤੀ ਨੂੰ ਮਿਟਾਉਣਾ ਪੈਂਦਾ, ਫਿਰ ਕਿਤੇ ਜਾ ਕੇ ਕੁਸ਼ਤੀ ਦੇ ਵਿੱਚ ਪਹਿਲਵਾਨ ਜ਼ੋਰ ਅਜ਼ਮਾਈ ਕਰਦਾ। ਕਾਰਜ ਬੜਾ ਔਖਾ ਹੈ, ਰਾਲ ਮੇਰਾ ਮੰਜ਼ਿਲ ਦਾ ਕੰਢਿਆਂ ਤੇ ਤੁਰਨਾ ਪੈਂਦਾ ਏ, ਹੰਸਾਂ ਨਾਲ ਉੱਡਦੇ ਕਾਵਾਂ ਨੂੰ ਅੱਧ ਵਾਟੇ ਉੜਨਾ ਪੈਂਦਾ ਏ, ਅੱਧ ਵਾਟੇ ਉੜਨਾ ਪੈਂਦਾ ਏ। ਕੰਮ ਬਹੁਤ ਖੁਸ਼ਲ, ਤੋ ਆਓ ਅੱਜ ਦੀ ਇਸ ਕੁਸ਼ਤੀ ਦਾ ਆਨੰਦ ਲਈਏ। ਮੇਰੇ ਨਾਲ ਰੇਖਾ ਜੀ, ਆਓ ਜੀ ਰੇਖਾ ਜੀ। ਸਾਡੇ ਸਰਪੰਚ ਅਮਰਜੀਤ ਸਿੰਘ ਬਿੱਲਾ, ਸਾਬਕਾ ਸਰਪੰਚ ਪਿੰਡ ਕੋਠੇਵਾਲ ਅਮਰਜੀਤ ਸਿੰਘ ਬਿੱਲਾ, ਵੱਡਾ ਸਹਿਯੋਗ 1100 ਰੁਪਈਆ, ਬਹੁਤ ਸਾਬਕਾ ਸਰਪੰਚ ਅਮਰਜੀਤ ਸਿੰਘ ਬਿੱਲਾ ਕੋਠੇਵਾਲ 1100 ਰੁਪਈਆ, ਤੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਕਮੇਟੀ ਦੇ ਵੱਲੋਂ। ਬਸ ਸਾਰੀ ਕੋਸ਼ਿਸ਼ ਮੇਰੇ ਵੀ ਸ਼ੁਰੂ ਹੋ ਗਈ ਹੈ, ਕਹਿੰਦੇ ਵੀ ਲਗਭਗ ਪਿਛਲੇ ਕਈ ਦਿਨਾਂ ਤੋਂ ਉਡੀਕ ਕੀਤੀ ਜਾ ਰਹੀ ਸੀ ਵੀ ਥੰਮਣ ਵਾਲ ਦਾ ਸਹੀ ਵੇਲਾ ਜ਼ਰੂਰ ਤੱਕਣਾ, ਕਿਉਂਕਿ ਸੁਰਜੀਤ ਲੰਮੀਆਂ ਪਹਿਲਵਾਨ ਜਿੱਥੇ ਵੀ ਸਿੰਘ ਕਰਾਉਂਦੇ ਆ ਕਹਿੰਦੇ ਨੇ ਉੱਥੇ ਕੁਰਸੀਆਂ ਬੜੀ ਛੋਟੀ ਦੀਆਂ ਹੁੰਦੀਆਂ, ਕਿਉਂਕਿ ਕੋਈ ਵੀ ਪੱਖ ਪਾਰ ਨਹੀਂ ਕੀਤਾ ਜਾਂਦਾ, ਕਹਿੰਦੇ ਨਿਰਪੱਖ ਕੁਰਸੀਆਂ ਹੁੰਦੀਆਂ। ਜ਼ੋਰ ਨਾਲ ਜ਼ੋਰ ਸਿੰਘ ਕਰਾਉਂਦਾ ਕਿ ਜ਼ੋਰ ਤੇ ਜਵਾਨੀ ਚਾਰੂ ਉਮਰਾਂ ਦੀ ਖੇਡ ਹੈ, ਇਹਦੇ ਵਿੱਚ ਹੁੰਦਾ ਕਹਿੰਦੇ ਸਾਹਨਾ ਵਾਲਾ ਭੀੜ ਹੈ, ਉਧਰ ਪੁੱਟੋ ਭੈਣੀ ਵਾਲਾ ਵੀ ਵੇਖਦਾ। ਸਿੱਖ ਸਰਦਾਰ ਜਿਵੇਂ ਪਹਿਲਾਂ ਗੱਲ ਕੀਤੀ ਹੋਈ ਸਿੰਘੇ ਪੰਜਾਬ ਦੇ ਸਿੱਖ ਵੇਲਾ ਦੇ ਵਿੱਚ ਆਪਣੇ ਨਾਮ ਦਾ ਡੰਕਾ ਵਜਾਇਆ, ਤੇ ਥੋੜੇ ਸਮੇਂ ਦੇ ਵਿੱਚ ਕਹਿੰਦੇ ਵੀ ਜੱਸੇ ਨੇ ਦਾਲ ਜਿਹੜੇ ਵੱਖਰੇ ਕਾਇਮ ਕਰ ਦਿੱਤੇ ਹੈ। ਕੀਤਾ ਸਰਪੰਚ ਰੂਪੋਵਾਲ ਦਾ ਬੈਠਾ, ਇਤਿਹਾਸ ਗਵਾਹ ਹੈ ਮੇਰੇ ਵੀਰੋ, ਰੂਪੋਵਾਲ ਦੇ ਸਿੰਘ ਮੇਲੇ ਵਿੱਚੋਂ ਅੱਜ ਤੋਂ ਤਾਰ ਦੇ ਅੰਦਰ ਸਿਹਰਾ ਵੀ ਜਾਂਦਾ ਜਿਸ ਪੱਤੀ ਵਾਲੇ ਨੂੰ। ਬਿਲਾਵਰਪੁਰ ਦੇ ਵਿੱਚ 8 ਸਤੰਬਰ ਨੂੰ ਵੱਡਾ ਸਿੰਘ ਮੇਲਾ ਕੁਸ਼ਤੀ ਦੰਗਲ ਹੋਇਆ, ਤੇ ਮੈਸੀ ਟ੍ਰੈਕਟਰ ਕਹਿੰਦੇ ਲੀਗ ਦੇ ਆਧਾਰ ਤੇ ਮੁਕਾਬਲੇ ਹੋਏ ਹੈ। ਉਸ ਸਿੰਘ ਮੇਲੇ ਦੇ ਵਿੱਚੋਂ ਵੀ ਜੱਸੇ ਪੱਟੀ ਨੇ ਕਹਿੰਦੇ ਮੈਸੀ ਟ੍ਰੈਕਟਰ ਜਿੱਤ ਕੇ ਕਹਿੰਦੇ ਮਾਣ ਹਾਸਲ ਕੀਤਾ। ਇਹ ਚੁੰਗ ਕੇ ਮੱਚਾਂ ਮੂਰੀਆਂ ਜਿਹੜਾ ਸਖਤ ਮੇਲ ਤਾਂ ਲਾਉਂਦਾ ਏ, ਹਰ ਹਰ ਕੰਬਦੀ ਧਰਤੀ ਉਦੋਂ ਜਦੋਂ ਪੈਰ ਵਿੱਚ ਮੈਦਾਨ ਤੇ ਪਾਉਂਦਾ ਏ, ਪਿੰਡੇ ਤੋਂ ਮੱਖੀ ਤਿਲਕਦੀ ਥਾਪੀ ਸਾਹ ਤੱਕ ਥਾੜੇ ਵਿੱਚ ਆਉਂਦਾ ਏ, ਸੋਨੇ ਵਰਗੀ ਘੋੜ ਕਰੇ ਪੱਧਰੀ ਜਿਹਨੂੰ ਸਾਰਾ ਜੱਗ ਸੁਣਾਉਂਦਾ ਏ, ਮੀਟਾ ਕਹੇ ਮਰਸਾਨੀ ਵਾਲਾ ਜੋ ਗੋਡਾ ਰੱਖਣਾ ਧਾਉਣ ਤੇ ਚਾਹੁੰਦਾ ਏ, ਕਿ ਕੁਸ਼ਤੀ ਹੋਵੇ ਆਰ ਪਾਰ ਦੀ, ਮਿੱਤਰੋ ਫੇਰ ਨਜ਼ਾਰਾ ਆਉਂਦਾ ਏ, ਕਿ ਮਿੱਤਰੋ ਫੇਰ ਨਜ਼ਾਰਾ ਆਉਂਦਾ ਏ। ਵਾਕਿਆ ਕੁਸ਼ਤੀ ਹੋਵੇ ਆਰ ਪਾਰ ਦੀ, ਫੇਰ ਨਜ਼ਾਰਾ ਆਉਂਦਾ ਏ, ਜਾਨ ਮਾਰ ਕੇ ਜਾਨ ਬਣਾ ਲੈਣੀ, ਬਣ ਜਾਂਦੀ ਤਾਂ ਤਾਕਤ ਪੂਰੀ ਏ, ਕੱਲੀ ਤਾਕਤ ਵੀ ਕਿਸੇ ਕੰਮ ਦੀ ਨਹੀਂ, ਤਾ ਪੇਚ ਵੀ ਆਉਣਾ ਜ਼ਰੂਰੀ ਏ, ਤਾ ਪੇਚ ਵੀ ਆਉਣਾ ਜ਼ਰੂਰੀ ਏ। ਤੋ ਕੁਸ਼ਤੀ ਤਾ ਪੇਚ ਜਿੰਨੀ ਦੇਰ ਤੱਕ ਕੋਈ ਪਹਿਲਵਾਨ ਨਹੀਂ ਸੁੱਕਦਾ, ਉਨੀ ਦੇਰ ਤੱਕ ਕੁਸ਼ਤੀ ਵਿੱਚੋਂ ਧਾ ਧਵਾਈ ਨਹੀਂ ਕਰ ਸਕਦਾ। ਲੱਗਦਾ ਹੋਇਆ ਮਨ ਕਮਜ਼ੋਰ, ਇੱਕ ਪਾਸੇ ਜੱਸਾ ਦੂਜੇ ਪਾਸੇ ਭਰਤੀ, ਦੋਵੇਂ ਤਕੜੀ ਜ਼ੋਰ ਜਮਾਈ ਕਰਦੇ ਹੋਏ, ਔਰ ਅੱਜ 61,000 ਪਟਕਾ ਸਰਦਾਰ ਪਾਲ ਸਿੰਘ ਜੀ ਰੱਤੂ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਅਨਾਊਂਸ ਕੀਤਾ ਗਿਆ। ਇਸ ਪਟਕੇ ਦੇ ਸਪੋਂਸਰ ਨੇ, ਔਰ ਇੱਕ ਹਜ਼ਾਰਾਂ ਦੀ ਤਾਦਾਦ ਦੇ ਵਿੱਚ
अज थमन वार थोड़ चेला सिंह नूं वेखण आए सारे दर्शक भी भरपूर आनंद लैंदे हुए सिंह दा और इत्थे पता लगदा हौसले दा बहादुरी दा सिदक दा कीतियां हुईयां कमाईयां दा आया जे नाम कुश्ती दा सबकी जुबान ते गुजरनगे इम्तिहान चो खेडणगे जान ते डरदे नहीं ओ टिक्किया तीरां दी नोक ते उच्चे दिना ने उड़ना है आसमान ते उच्चे दिना ने उड़ना है आसमान ते क्या बात है। मैं प्रबंधक कमेटी वालों एक एक ही करन जा रहे हैं भाई जेडे पहलवाना ने स्पैशल कुर्सियां कीतियां बिना कार्ड तो जिन्होंने स्पैशल कुर्सियां सी ओ कार्ड सॉरी हां स्पैशल जिन्होंने लड़ियां ओ अपने नाल लेके आउन इधर प्रबंधक कमेटी के कोलो अपने माया दे कप्पे जिहड़े प्राप्त करन जो भी प्रबंधक कमेटी मान सम्मान देवेगी उधर मोहल्ला मोहल्ला साडा वीर मैं संभल वाला इंग्लैंड दे विच वसे होए है प्रताप सिंह धारी भी बैठा दरबार सिंह धूर भी बैठा अपने समय कबड्डी के बेहतरीन खिलाड़ी ते मोहल्ले ने वधिया कबड्डी खेली है रामा खेलिया ने जिससे बड़े बड़े कराई है गल पिछले समय की है कहते वर्तमान की गल करिए दो पल जे थाने के सामने खड़े है दर्शकों वालों बेनती है थोड़े जे दिखाने हैं भावे जोर का भी आप प्रदर्शन करना है भावे तकनीक तो कम लेना फुर्ती तो कम लेना पर थोड़े जे दाप एक भी आने हैं क्योंकि पहुंच गया पर पूरे चौबन के मेला दर्शकों का बई पूरा कट जुड़िया मरसाणी वाला लाउंदा है अंदाजे खौरे भाटां दे विच सिंघ मेला लुटना खौरे भाटां दे विच सिंघ मेला लुटना सचमुच एक समा दसूंगा क्योंकि साडे अज ने ही कल दा इतिहास बनना है असी कितने खलोना है कोई तो फैसला करिए ये समा दसेगा कि अज इस इतिहासक सिंह के मेले में झंडी कौन जित के लिजांदा है ते कुश्ती का नवा हस्ताक्षर कौन बनता है ये उस विरसे के वारस ने जिहड़ी पहलवानी साडे बजुर्गों ने सानू विरसे दित्ती किक्कर कल्लू गुलाम इमान बख्शे विरसे के वारस ने किक्कर कल्लू इमान गुलाम गामा ਛੱਟ ਗਏ ਜਹਾਨ ਦੀ ਨਿਸ਼ਾਨੀਆਂ ਨੇ ਜਰਾ ਗੌਰ ਕਰਨਾ ਸਿਰੜੇ ਆਖਦੇ ਨੇ ਬਹੁਤ ਔਖੀਆਂ ਏ ਪਹਿਲਵਾਨੀਆਂ ਨੇ ਬਹੁਤ ਔਖੀਆਂ ਏ ਪਹਿਲਵਾਨੀਆਂ ਨੇ ਥੋੜਾ ਨਜ਼ਦੀਕ ਆ ਜਾਓ ਜਿਨ੍ਹਾਂ ਦੀ ਨਜ਼ਰ ਘੱਟ ਹੁੰਦੀ ਖਾਸ ਤੌਰ ਤੇ ਬਜ਼ੁਰਗ ਆ ਟਾਈਮ ਇਹੋ ਜਿਹਾ ਉਹਨਾਂ ਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਨਜ਼ਰ ਨਹੀਂ ਆਉਂਦਾ ਤਾਂ ਕਿ ਉਹਨਾਂ ਦਾ ਫੋਕਸ ਪੂਰੀ ਤਰ੍ਹਾਂ ਅਵੇ ਵਿਚਕਾਰ ਕੁਸ਼ਤੀ ਚੱਲੇਗੀ ਜੱਸਾ ਪੱਟੀ ਵਾਲਾ ਤੇ ਪ੍ਰਦੀਪ ਠੀਕਾ ਇੱਕ ਪਾਸੇ ਪੰਜਾਬ ਦੀ ਧਰਤੀ ਦਾ ਹੋਣਹਾਰ ਸਟਾਰ ਪਹਿਲਵਾਨ ਦੂਜੇ ਪਾਸੇ ਹਰਿਆਣੇ ਦਾ ਉਹ ਮੱਲ ਜਿਹਨੇ ਪੂਰੇ ਹਰਿਆਣੇ ਨੂੰ ਫਤਿਹ ਕੀਤਾ ਬੜੇ ਬੁਲੰਦ ਹੌਸਲੇ ਦੇ ਨਾਲ ਬੁਲੰਦ ਹੌਸਲੇ ਜਿਨ੍ਹਾਂ ਦੇ ਉਹ ਪੁੱਜੇ ਅਰਸ਼ਾ ਤੀਕ ਬੋਲ ਉਹਨਾਂ ਦੇ ਸਬਰੀ ਹੁੰਦੇ ਪੱਥਰ ਉੱਤੇ ਲੀਕ ਮੱਥੇ ਜਿਨ੍ਹਾਂ ਦੇ ਤਿਲਕ ਬਹਾਦਰੀ ਦਾ ਉਹ ਕੱਟਾ ਲਾਉਂਦੇ ਦੇਰ ਸਫਰੀ ਮਰਦ ਮੈਦਾਨ ਦੇ ਸ਼ੇਰ ਵੀ ਲੈਂਦੇ ਢੇਰ ਸਫਰੀ ਮਰਦ ਮੈਦਾਨ ਦੇ ਸ਼ੇਰ ਵੀ ਲੈਂਦੇ ਢੇਰ ਵਾਹ ਸ਼ੇਰਾਂ ਦੇ ਰਾੜੇ ਹੱਥ ਪਾਉਣਾ ਕੋਈ ਸੌਖੀ ਗੱਲ ਨਹੀਂ ਤੇ ਆਓ ਮੱਖਣ ਬਾਜੀ ਸ਼ੇਰਾਂ ਦੀ ਟੱਕਰ ਹੈ ਬਿਲਕੁਲ ਤੇ ਉਧਰ ਮੇਜਰ ਸਿੰਘ ਦੀ ਠੇਲਾ ਲਾਲ ਕੰਡੇ ਦੀ ਪ੍ਰੇਮ ਸਿੰਘ ਸਰਪੰਚ ਗਰਮਨ ਦੀ ਉਹ ਵੀ ਪੁੱਜੇ ਹੈ ਬਹੁਤ ਬਹੁਤ ਧੰਨਵਾਦ ਹੈ ਕਿ ਖੇਡਾਂ ਨੂੰ ਪਿਆਰ ਕਰਦੇ ਆ ਖੇਡਾਂ ਨੂੰ ਜੁੜੇ ਹੋਏ ਹੈ ਤੇ ਉਧਰ ਸਾਡੇ ਮੀਕਾ ਸੰਘੇੜਾ ਜੀ ਸੀ ਵਾਲੀ ਵੈਸੇ ਤਾਂ ਬੇਸਿਕਲੀ ਕੈਨੇਡਾ ਦੇ ਵਿੱਚ ਅੰਟਾਰੀਓ ਸਟੇਟ ਦੇ ਵਿੱਚ ਰਹਿੰਦੇ ਆ ਨਾਲ ਸਾਡੇ ਮਾਮਾ ਰੇਰੋ ਜੀ ਕਹਿੰਦੇ ਵੀ 1176 ਵਾਲੇ ਪਹਿਲਵਾਨ ਦੇ ਲਈ ਤੇ ਰਨਰ ਅਪ ਜਿਹੜਾ ਦੂਜਾ ਉਪ ਜੇਤੂ ਪਹਿਲਵਾਨ ਉਹਦੇ ਵਾਸਤੇ 500 ਵੱਡਾ ਮਾਣ ਭੇਜਦੇ ਆ
बहुत बहुत धन्यवाद साडे बीकर सिंह जिहड़ा जी कनेडा बारे कहिंदे वे डालर अज इंडियन क्रांति दे विच तब्दील हो गए ओ तब्दील थोड़ा जिहा जोर बल्ले 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 भैया कनेडा उठले ने हाथ पैर दे खड़ा दूर रखा भैया कनेडा उठले ने ओ वाह नौजवान लहू सेर सिर बढ़िया छाती में चौड़ी हो गई है क्योंकि जो आप करता की गल वक्री है पर अज अज इतिहास रखे जाते हैं गल वक्री है हाँ जी वक्री सचमुच राे सफरी तो जो रह जाते अत विचकार हिम्मत वाले सूर में लंघ जाते नेपाल हिम्मत वाले सूर में लंघ जाते नेपाल हिम्मत मर्द मर्द खुदा हिम्मत मर्द मर्द खुदा दुनिया हिम्मत को जोर को सलाम करती है जेड़े लोग हमेशा हमेशा समा आते चंगिया ताकत बनाने के चंगा जोर जमाई करते हैं चंगिया मेहनत करते हैं एक दिन ओही आके अपनी कीती हुई कमाई का मुल रखते हैं कि बारिशा वो सदा ही जीते ने जिन्हें कीतिया नेक कमाइया ने जिन्हें कीतिया नेक कमाइया ने जिंदगी का समा घट है कम बहुत करने वाले पाए ने और आओ जिंदगी दे के कोशिश करिए कि एक खेडा खास तौर पर कुश्ती जिसनों पंजाब की मां खेड कहते हैं कबड्डी जिसनों पंजाब की मां खेड कहते हैं कुश्ती ते कबड्डी का आज कुछ सीधा संबंध है कुछ दाप एक अजहे है जेडे कुश्ती ते कबड्डी विच सांझे होते हैं और दोनों विच ही पूरी ताकत लगती है पूरा जोर लगता है और फिर कि जाके जरा पहलवान या खिलाड़ी का नाम बनता तो बहुत बढ़िया कुश्ती का प्रदर्शन करते हुए दो में मल और मैं बेनती करता कि विचार या कुश्ती अगर हो गए तो बहुत सोहना लगता देखने वाले पूरा आनंद आता है तो होर मोबाइल दिया लाइट जग पई है तो थोड़े मिनट बाद देख के भा इदा लगना जिम्मे धरती के तारे उतर आए होंगे परमात्मा दे रंग न्यारे पर आ गया जो रंग दुनिया देखती है ये भी मेरे लिए वक्रा ही रंग है प्रेम सिंह जी उपरा वाले कहते पंजाब पुलिस वही जिम्मेवारी निभाती भी पहुंची हुई है फड़कन दौरे खून रगा बिच थौल बारे ढोल उत्ते ढोली जदों दगा लाउंदा है चरत खड़ारी जी ते खेल मदारी जी बैठ के ही देखे नजारा आउंदा है हर कोई मल आउंदा घरों घरों जितने नूं देखो जित दिया किन पेड़ा नूं मोहरा लाउंदा है मौ वालिया तू भी देख बह के अज कौन ढहिंदा ते कौन ढौंदा है कौन ढहिंदा ते कौन ढौंदा है ये कुर्सी जी दर्श भी लियो जसे पट्टी के नाल कमल डोमी शरी की हुई थी पर कल सट लग गई कमल डोमी शरी दे इस करके कुर्सी जी प्रदीप टीके के नाल करवाई क्योंकि ये भी पंजाब दिया छिंजा दे विच नामी मल बन गया अज कमल उचेते तौर ते पुजा जिथे कमेटी वालों सम्मान किया गया उत्थे बैंसा की सारी प्रबंधक कमेटी मखण सिंह जी प्रधान साहब पुजे है सुरेंद्र सिंह जी बैंसा डावल सिंह जी बैंस इन्हां दे वल्लों 25,000 दे नाल कमल डोल श्री का मान सम्मान किया पर आप इस वे जल्दी हो गल करते हैं तुत मखणा नाल पईआ जवानिया इस वक्त मेरो मेरी हो रही ने लगता हुआ पूरा जोर एक बार फिर तो जिथे जत्था काफी कोशिश करता है उथे तरतीब फीका घट नहीं बराबर का जोड़ इको जे शरीर इको जी जान चो कहते सूर मेनू मेरा भजना मैदान चो सूर मेनू मेरा भजना मैदान चो और जसे ने सख्त वाह कोशिश की है प्रतीक जी का इज्जत ਜਦੋਂ ਮੱਕੜਬਾਜੀ ਥੋੜੀ ਜਿਹੀ ਹਲਕੀ ਜਿਹੀ ਕੋਸ਼ਿਸ਼ ਹੁੰਦੀ ਹੈ ਬਿਲਕੁਲ ਆਪਣੇ ਆਪ ਪੱਪਾ ਭਾਰ ਹੋ ਜਾਂਦੇ ਆ ਸਾਹ ਰੋਕ ਲੈਂਦੇ ਆ ਤੇ ਅੰਦਾਜ਼ੇ ਲੱਗਣੇ ਸ਼ੁਰੂ ਹੋ ਜਾਂਦੇ ਆ ਵਾਹ 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 ਆ ਵੀ ਦੇਖੋ ਸਾਹਮਣੇ ਕਿਵੇਂ ਜੱਗ ਬੜਾ ਪਾਇਆ ਹੋਇਆ ਵਾਹ ਵਾਹ ਨਹੀਂ ਹੋਰੀ ਸੈ ਨਹੀਂ ਕੁਸ਼ਤੀ ਆ ਪਾਰ ਦੀ ਹੁੜੀਆ ਬਾਈ ਫਾਈ ਕਿਤ ਫੈਸਲਾ ਹੋਵੇਗਾ
ਕਿ ਸੜਕਦੇ ਨੇ ਦੌੜੇ ਪੈਣ ਪੱਟਾਂ ਉੱਤੇ ਭੁੱਗੀਆਂ ਖਾਨਾਂ ਵਾਲੇ ਭੇਡ ਵਿੱਚ ਤਾਕਤਾਂ ਨੇ ਗੁੱਝੀਆਂ ਮੰਗ ਮਾਰਦੇ ਮੇਰੇ ਵੀਰ ਅੱਜ ਬੱਲੇ ਬੱਲੇ।